ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਸੀਂ ਤੀਜੇ ਦਿਨ ਦੀ ਅੱਜ ਯਾਤਰਾ ਸ਼ੁਰੂ ਕਰ ਦਿੱਤੀ ਆ 5:30 ਸਵੇਰੇ। ਅੱਜ ਜਾਣਾ ਸ਼੍ਰੀ ਹੇਮਕੁੰਡ ਸਾਹਿਬ ਤੱਕ। ਗੁਰੂ ਧਾਮ ਤੋਂ ਚਾਲੇ ਪਾ ਦਿੱਤੇ ਆ ਸੰਗਤਾਂ ਨੇ। 6 ਕਿਲੋਮੀਟਰ ਪੈਦਲ ਯਾਤਰਾ ਹੋਰ ਅੱਗੇ। Thank you.
ਗੁਰਦੁਆਰਾ ਸਾਹਿਬ ਦੀ ਪਰਿਕਰਮਾ, ਇਹ ਪਿੱਛੇ ਤਲਾਬ ਆ ਗਿਆ, ਉੱਪਰ ਪੂਰੀ ਬਰਫ਼ ਜੰਮੀ ਹੋਈ ਆ ਅਤੇ ਇਹ ਤਲਾਬ ਬਰਫ਼ ਦੇ ਪਾਣੀ ਆ ਰਿਹਾ। ਤਲਾਬ 'ਚ ਅਸੀਂ ਉਹਨੇ ਇਸ਼ਨਾਨ ਕੀਤਾ ਸੀ ਇੱਥੇ ਅਤੇ ਹੁਣ ਅਸੀਂ ਅੰਦਰ ਮੱਥਾ ਟੇਕਿਆ। ਇਹ ਜੀ ਨਾਲ ਹੀ ਲਕਸ਼ਮਣ ਮੰਦਰ ਹੈਗਾ ਗੁਰਦੁਆਰੇ ਦੇ ਬਿਲਕੁਲ ਨਾਲ, ਸ਼੍ਰੀ ਲਕਸ਼ਮਣ ਮੰਦਰ। ਇਹ ਮੰਦਰ ਨੂੰ ਜਾਣ ਵਾਲਾ ਰਸਤਾ